ਲੱਗਦਾ ਜਿੰਨੀ ਕੌਨਸਟੀਟਿਊਸ਼ਨ ਦੀ ਧੱਜੀਆਂ ਆਮ ਆਦਮੀ ਪਾਰਟੀ ਉਡਾਈ ਜਾਂਦੀ ਹੈ, ਮੈਨੂੰ ਲੱਗਦਾ ਇਹਦਾ ਕੋਈ ਮਿਸਾਲ ਨਹੀਂ। ਹਰ ਚੀਜ਼ 'ਚ ਵਾਇਲੇਸ਼ਨਸ ਆਹ ਕਰ ਰਹੇ ਹੈ। ਹੁਣ ਆਹ ਮੈਟਰ ਡਿਸਕਸ਼ਨ ਦਾ ਐਂ ਬਿਆਨ ਦੇਣਾ ਕੋਈ ਮੈਂ ਨਹੀਂ ਕਹਿ ਸਕਦਾ, ਪਰ ਜੇ ਤੁਸੀਂ ਉਹਨਾਂ ਦੀਆਂ ਸਰਕਾਰ ਚਲਾਉਣ ਦੀਆਂ ਨੀਤੀਆਂ ਦੇਖੋ, ਕਾਨੂੰਨ ਤਾਂ ਦੇਖ ਹੀ ਨਹੀਂ ਰਹੇ। ਕਾਨੂੰਨ ਦੀ ਕੋਈ ਚੀਜ਼ ਪੰਜਾਬ 'ਚ ਹੈ ਹੀ ਨਹੀਂ। ਉਹ ਹੁਣ ਆਪਣਾ ਪੁਲਿਸ ਮਿਲਾ ਆਪਣੀ ਫੋਰਸ ਨੂੰ ਯੂਜ਼ ਕਰਕੇ ਹੁਣ ਆਪਣੇ ਕੌਨਸਟੀਟਿਊਸ਼ਨ ਜਾਂ ਡੈਮੋਕ੍ਰੇਸੀ ਦਾ ਵੱਡਾ ਪਿੱਲਰ ਮੀਡੀਆ ਹੈ। ਮੀਡੀਆ ਅੱਜ ਫਰੀ ਐਂਡ ਫੇਅਰ ਹੈ, ਤਾਂ ਇਸ ਕਰਕੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਵਾਸਤੇ ਆਹ ਚੀਜ਼ਾਂ ਕਰ ਰਹੇ ਹੈ।